ਤਹਿਸੀਲ ਜੀਰਾ ਦੇ ਮੱਖੂ ਅੰਦਰ ਪੈਂਦੇ ਪਿੰਡ ਅਕਬਰ ਵਾਲਾ ਦਾ ਇੱਕ ਗਰੀਬ ਪਰਿਵਾਰ ਜੋ ਅੱਜ ਆਪਣੀ ਗਰੀਬੀ ਅਤੇ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ। ਇਸ ਪਰਿਵਾਰ ਦਾ ਬੇਟਾ ਜੋ ਪਿਛਲੇ ਲੰਮੇ ਸਮੇਂ ਤੋਂ ਇੱਕ ਵੱਡੀ ਬਿਮਾਰੀ ਤੋਂ ਗ੍ਰਸਤ ਹੈ ਅਤੇ ਮੰਜੇ ਤੇ ਹੀ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ, ਜਿਸ ਦੀ ਦੇਖਰੇਖ ਉਸਦਾ ਇੱਕ ਭਰਾ ਅਤੇ ਭੈਣ ਕਰ ਰਹੇ ਹਨ ਜੋ ਕਾਫ਼ੀ ਉਮਰ ਹੋ ਜਾਣ ਤੇ ਵੀ ਕੁਆਰੇ ਹਨ। ਉਸਦਾ ਭਰਾ ਦਿਹਾੜੀ ਕਰਕੇ ਘਰ ਦੀ ਰੋਟੀ ਚਲਾਉਂਦਾ ਹੈ ਅਤੇ ਭੈਣ ਬਿਮਾਰ ਭਰਾ ਦੀ ਸੇਵਾ ਸੰਭਾਲ ਵਿੱਚ ਆਪਣੀ ਜ਼ਿੰਦਗੀ ਦੇ ਦਿਨ ਕੱਢ ਰਹੀ ਹੈ। ਪਰਿਵਾਰ ਦੀ ਆਰਥਿਕ ਹਾਲਤ ਇੰਨੀ ਮਾੜੀ ਹੈ ਕਿ ਖਾਣ ਨੂੰ ਰੋਟੀ ਤੱਕ ਬੜੀ ਮੁਸ਼ਕਲ ਨਾਲ ਨਸੀਬ ਹੁੰਦੀ ਹੈ। ਪਰਿਵਾਰ ਵੱਲੋਂ ਪੰਜਾਬ ਸਰਕਾਰ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਕੋਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਤਾਂ ਕਿ ਉਹਨਾਂ ਦੇ ਬਿਮਾਰ ਭਰਾ ਦਾ ਇਲਾਜ ਹੋ ਸਕੇ ਅਤੇ ਉਹ ਆਪਣੀ ਰਹਿੰਦੀ ਜ਼ਿੰਦਗੀ ਵਧੀਆ ਢੰਗ ਨਾਲ ਬਤੀਤ ਕਰ ਸਕਣ। ਨਾਂ ਕੀ ਤੁਹਾਡਾ? ਮਨਜੀਤ ਕੌਰ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ? ਅਕਬਰ ਵਾਲਾ। ਇਹ ਮਰੀਜ਼ ਦੇ ਨਾਲ ਕੀ ਰਿਸ਼ਤਾ ਤੁਹਾਡਾ? ਇਹ ਜੀ ਮੇਰਾ ਵੀਰ ਆ ਜੀ। ਕਦੋਂ ਦਾ ਇਸ ਬਿਮਾਰੀ ਦੇ ਨਾਲ? ਇਹ ਨਾਲ ਜੀ 7 ਸਾਲ ਹੋ ਗਏ ਆ ਤੇ ਇਹ ਵੀਰ ਜੀ ਬਹੁਤ ਅਸੀਂ ਪਰੇਸ਼ਾਨ ਆ। ਹੱਥ ਜੋੜ ਕੇ ਮੇਰੀ ਬੇਨਤੀ ਕਰੀ ਜਾਂਦੀ ਹੈ, ਮੇਰੀ ਹਿੰਮਤ ਕਰੇ, ਇਹਦੀ ਠੀਕ ਹੋਣ ਦੇ ਨਾਲ ਮੈਨੂੰ ਖੁਸ਼ੀ ਹੋਵੇਗੀ, ਮੈਂ ਬਹੁਤ ਖੁਸ਼ ਹੋਵਾਂਗੀ। ਮੇਰੇ ਇਹਦਾ ਇਲਾਜ ਵਗੈਰਾ ਨਹੀਂ ਕਰਵਾਇਆ ਸੀ? ਮੇਰੀ ਬੇਨਤੀ ਆ ਜੇ ਕੋਈ ਸਾਡੀ ਹੈਲਪ ਕਰੇ ਸਰਕਾਰ। ਤੁਹਾਡੇ ਤੋਂ ਇਲਾਵਾ ਹੋਰ ਕੌਣ ਹੈ? ਹੋਰ ਮੇਰਾ ਵੀਰ ਆ ਜੀ, ਉਹ ਵੱਡਾ, ਉਹ ਵਿਚਾਰਾ ਦਿਹਾੜੀ, ਉਹ ਦਿਹਾੜੀ ਕਰਦੇ ਆ ਜੀ। ਉਹ 300 ਰੁਪਈਆ ਕਮਾਈ ਕਰਕੇ ਸਾਨੂੰ ਰੋਟੀ ਦੀ ਪਾਲਣਾ ਕਰ ਰਹੇ ਨੇ। ਅਸੀਂ ਦੋਵੇਂ ਜਿੰਨੇ, ਇੱਕ ਜਿਹਨੂੰ ਤੂੰ ਨਹੀਂ ਚੱਕ ਹੁੰਦਾ ਨਾ ਹਾਲਾਤ ਹਿਲਦੀ ਨਾ ਬਾਹ, ਜੇ ਇੱਕ ਜਿਹਨੇ ਚੁੱਕਦਾ ਡਿੱਗ ਪੈਂਦਾ। ਅੱਗੇ ਮੈਂ 100 ਰੁਪਈਆ ਦਿਹਾੜੀ ਸੀ ਜਾਂਦੇ ਸੀ, ਹੁਣ ਅਸਲੋ ਡੈਡ ਹੋ ਗਿਆ, ਹੁਣ ਨਹੀਂ ਚੁੱਕਣ ਚੁੱਕੇ ਹੈਗੇ, ਹੁਣ ਮੈਨੂੰ 8 ਟਾਈਮ ਸੰਭਾਲਣਾ ਪੈਂਦਾ ਜੀ। ਸਰਕਾਰ ਪਾਸੋਂ ਕੀ ਮੰਗ? ਸਰਕਾਰ ਕੋਲੋਂ ਜੀ ਅਸੀਂ ਮੰਗਦੇ ਹਾਂ ਜੋ ਮਦਦ ਹੋਵੇ ਕਰੋ, ਅਸੀਂ ਇਹਨੂੰ ਠੀਕ ਕਰਨਾ ਪਹੁੰਚਾਉਣਾ। ਪਿੰਡ ਜੀ ਮੋੜ ਕੁਸੂ ਵਾਲੇ 'ਚ ਇਹ ਜਿਹੜਾ ਮਰੀਜ਼ ਪਿਆ ਮੰਜੇ ਤੇ, ਇਹਨੂੰ ਜਾਣਦੇ ਹੋ? ਬਿਲਕੁਲ ਜੀ। ਕਦੋਂ ਤੋਂ ਬਿਮਾਰ ਹੈ? ਇਹ ਬਿਮਾਰ 7-8 ਸਾਲ ਤੋਂ ਹੈ ਜੀ। ਅੱਛਾ ਜੀ, ਕੀ ਇਹਦਾ ਇਲਾਜ ਵਗੈਰਾ ਘਰਦੇ ਕਰਵਾ ਨਹੀਂ ਸਕੇ, ਕੀ ਚੱਕਰ ਹੈ? ਨਹੀਂ ਜੀ, ਇਲਾਜ ਕਰਵਾਉਣ ਜੋਗੇ ਹੈ ਹੀ ਨਹੀਂ, ਥੋੜ੍ਹਾ ਬਹੁਤਾ ਕਰਕੇ ਅਗਰਾਈ ਕਰਕੇ ਇਹਨਾਂ ਨੂੰ ਦਿੱਤੀ ਸੀ, ਇਕੱਠੇ ਕਰਕੇ ਪੈਸੇ 80-90 ਹਜ਼ਾਰ ਇਹਨਾਂ ਨੂੰ ਅੰਮ੍ਰਿਤਸਰ ਭੇਜ ਤਾ। ਅੰਮ੍ਰਿਤਸਰ 'ਤੇ ਜਾ ਕੇ ਇਹਨਾਂ ਦਾ ਇਲਾਜ ਕਰਦੇ ਰਹੇ ਅਤੇ ਇਹਨਾਂ ਨੇ ਕਿਹਾ ਵੀ ਭਾਈ ਇਹਦੇ ਨਾੜਾਂ ਬਲੋਕ ਹੋਈਆਂ ਨੇ ਅਤੇ ਇਹਦਾ ਆਪਰੇਸ਼ਨ ਹੋਊਗਾ ਦਿਮਾਗ ਦਾ, ਅਤੇ ਇਹ ਦਿਮਾਗ ਦੇ ਆਪਰੇਸ਼ਨ 'ਚ ਉਹਨਾਂ ਕਿਹਾ ਵੀ 8 ਲੱਖ ਰੁਪਈਆ, ਇਹਨਾਂ ਕਿਹਾ ਸਾਡੇ ਕੋਲ ਤਾਂ 800 ਵੀ ਨਹੀਂ ਹੈਗਾ, ਅਤੇ ਜੇ ਕੋਈ ਸਾਡੀ ਰਬ 'ਚ ਕਰ ਸਕਦੇ ਹੋ ਤਾਂ ਤੁਸੀਂ ਕਰ ਲਓ ਡਾਕਟਰ ਸਾਹਿਬ, ਨਹੀਂ ਤਾਂ ਸਾਡੀ ਤਾਂ ਹੱਥ ਖੜ੍ਹੇ ਆ। ਇਹ ਘਰੇ ਉਹ 8-7 ਦਿਨੀ ਇਹ ਘਰੇ ਲੈ ਕੇ ਵਾਪਸ ਆ ਗਿਆ। ਸਰਕਾਰ ਪਾਸੋਂ ਕੀ ਮੰਗ? ਅਸੀਂ ਸਰਕਾਰ ਪਾਸੋਂ ਇਹ ਮੰਗ ਕਰਦੇ ਹਾਂ ਜੀ, ਕੋਈ ਇਹਨਾਂ ਦੀ ਮਦਦ ਕੀਤੀ ਜਾਏ, ਗਰੀਬ ਆਦਮੀ ਨੇ ਉੱਠਣ ਬਹਿਣ ਜੋਗੇ ਨਹੀਂ, ਅਤੇ ਜੇ ਕੋਈ ਹੋਰ ਹੈਗਾ ਸੱਜਣ ਦਾਨੀ ਤਾਂ ਉਹ ਵੀ ਕਰ ਸਕਦੇ ਨੇ ਸੇਵਾ ਜਿੰਨੀ ਕੁ ਹੋ ਸਕੇ। ਅਤੇ ਇਹ ਮੋਬਾਇਲ ਨੰਬਰ 98-559-32-799। A1 ਪੰਜਾਬੀ ਟੀਵੀ ਲਈ ਜੀਰਾ ਤੋਂ ਸਤੀਸ਼ ਵੀਰ ਦੀ ਰਿਪੋਰਟ।